हेलो एवरीवन, दिस इज जगतार शेरगल, इंश्योरेंस ब्रोकर। अज मैं गल कर रहा कि आप बहुत सारे जिन्हें भी आप पिछों आए हुआ इंडिया तो इतने आप आए हैं बढ़िया लाइफ वास्ते, अपने बच्चों के फ्यूचर वास्ते, तो बढ़िया भविख वास्ते, अपने स्पाउस नूं खुश करने वास्ते, तो अपने पेरेंट्स नूं पिछे कुछ सपोर्ट करने वास्ते जिन्हों के पेरेंट्स बैक होम ने जां फैमिली मैंबर ने। पर इत्थे आके आप ट्राई करते हैं कि पैसे जोड़िए तो बच्चों के काम आएंगे, तो पर सब तो ज़्यादा जो बेनीफिट है बच्चों वास्ते पैसे जोड़ने का वो है थ्रू लाइफ इंश्योरेंस। लाइफ इंश्योरेंस एक यहोजी पॉलिसी आ जिदे कि तुसी शॉर्ट टर्म वास्ते तुसी अपने जोड़े है सारे ही डेट जो मॉर्गेज आ कोई कार लोन आ जा कोई क्रेडिट कार्ड लोन आ तुसी छोटी जी टर्म इंश्योरेंस करवा के ओदे विच कवर कर सकते हो। इन केस तुसी ना रहो इस दुनिया ते तो वो जिहड़ा इन्ना कर्जा लिया आ कार दा घर दा ते क्रेडिट कार्ड दा वो किने पे करना। तो जे तुसी अपने बच्चों नूं वाकया ही प्यार करते हो, अपने स्पाउस नूं प्यार करते हो, तो तुसी जरूर ये सोचो कि तुसी उन्हां दी प्रोटेक्शन वास्ते अपनी लाइफ इंश्योरेंस करावो ता कि जे तुहानूं कुछ हो जावे रब ना करे तो तुहानूं जिहड़ा बच्चों नूं जां तुहाडी स्पाउस नूं ਉਹ ਜਿਹੜਾ ਐਡਾ ਵੱਡਾ ਕਰਜ਼ਾ ਆ ਉਸਦੇ ਬੋਝ ਥੱਲੇ ਨਾ ਆਉਣਾ ਪਵੇ, ਉਹਨਾਂ ਨੂੰ ਆਪਣਾ ਘਰ ਨਾ ਵੇਚਣਾ ਪਵੇ, ਬੱਚਿਆਂ ਨੂੰ ਆਪਣੇ ਡ੍ਰੀਮਸ ਨੂੰ ਨਾ ਕੱਟ ਕਰਨਾ ਪਵੇ। ਤਾਂ ਕਿ ਜਦੋਂ ਤੁਸੀਂ ਕੋਈ ਘਰ ਲੈ ਲੈਂਦੇ ਹੋ ਜਾਂ ਤੁਸੀਂ ਕਾਰ ਲੈ ਲੈਂਦੇ ਹੋ ਤੁਹਾਡਾ ਇੱਕ ਸਟੈਂਡਰਡ ਬਣ ਜਾਂਦਾ ਅਤੇ ਕੋਈ ਵੀ ਨਹੀਂ ਚਾਹੁੰਦਾ ਉਸ ਸਟੈਂਡਰਡ ਤੋਂ ਥੱਲੇ ਜਾਣਾ। ਤਾਂ ਹੀ ਬਹੁਤੇ ਲੋਕ ਡਿਪਰੈਸ਼ਨ 'ਚ ਆ ਜਾਂਦੇ ਆ ਜਦੋਂ ਈਵਨ ਸਭ ਕੁਛ ਹੁੰਦੇ ਹੋਏ ਵੀ ਫਿਰ ਜੋਬ ਛੁੱਟ ਜਾਂਦੀ ਆ ਜਾਂ ਕੰਮ ਸਲੋ ਹੋ ਜਾਂਦਾ ਜਾਂ ਅਤੇ ਕਿਸੇ ਦੀ ਡੈਥ ਹੋ ਜਾਂਦੀ ਫੈਮਿਲੀ 'ਚ। ਅਤੇ ਈਵਨ ਦੋ ਤੁਸੀਂ ਬਾਕੀਆਂ ਦੇ ਕੰਪੈਰੇਟਿਵ ਤੁਸੀਂ ਚੰਗੇ ਹੁੰਦੇ ਹੋ ਫਾਈਨੈਂਸ਼ਲੀ, ਪਰ ਜੋ ਤੁਹਾਡਾ ਸਟੈਂਡਰਡ ਬਣਿਆ ਹੁੰਦਾ, ਲਾਈਨ ਖਿੱਚੀ ਹੁੰਦੀ ਹੈ ਕਿ ਤੁਸੀਂ ਇਸ ਸਟੈਂਡਰਡ 'ਚ ਰਹਿ ਰਹੇ ਹੋ, ਉਸ ਸਟੈਂਡਰਡ 'ਚ ਰਹਿਣ ਵਾਸਤੇ ਤੁਹਾਨੂੰ ਕਾਫੀ ਪੈਸੇ ਦੀ ਲੋੜ ਹੁੰਦੀ ਆ। ਉਹ ਪੈਸਾ ਤੁਹਾਨੂੰ ਲਾਈਫ ਇੰਸ਼ੋਰੈਂਸ ਵਿੱਚੋਂ ਹੀ ਆ ਸਕਦਾ ਹੈ। ਤੁਸੀਂ ਈਵਨ $100 ਦੇ ਨਾਲ ਹੀ ਤੁਸੀਂ ਆਲਮੋਸਟ $1,000,000 ਦੀ ਵੀ ਲਾਈਫ ਇੰਸ਼ੋਰੈਂਸ ਕਰਾ ਸਕਦੇ ਹੋ ਜੇ ਤੁਸੀਂ ਅਰਾਊਂਡ 30-35 ਈਅਰ ਦੇ ਏਜ 'ਚ ਹੈਗੇ ਹੋ। ਜੇ ਤੁਸੀਂ ਈਵਨ 40 ਦੀ ਏਜ 'ਚ ਹੈਗੇ ਆ ਜਾਂ 45 ਦੀ ਏਜ 'ਚ ਹੈਗੇ ਆ, ਫਿਰ ਵੀ ਜਿਹੜੀ ਟਰਮ ਇੰਸ਼ੋਰੈਂਸ ਆ ਉਹ ਕਾਫੀ ਸਸਤ ਘੱਟ ਪੈਸੇ ਵਿੱਚ ਬਹੁਤ ਸਾਰੀ ਫੈਮਿਲੀ ਨੂੰ ਪ੍ਰੋਟੈਕਸ਼ਨ ਮਿਲ ਸਕਦੀ ਆ। ਅਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਪੈਸੇ ਹੈਗੇ ਜ਼ਿਆਦਾ, ਤੁਸੀਂ ਸੇਵਿੰਗ ਕਰਦੇ ਆ $400-500 ਮੰਥ ਦਾ ਸੇਵ ਕਰ ਸਕਦੇ ਹੋ, ਫਿਰ ਤੁਸੀਂ ਜਿਹੜੀ ਯੂਨੀਵਰਸਲ ਲਾਈਫ ਪੋਲਿਸੀ ਆ ਜਿਹਨੂੰ ਅਸੀਂ ਕਹਿੰਦੇ ਕੈਸ਼ ਬੈਕ ਪੋਲਿਸੀ, ਜਿਹਦੇ 'ਚ ਤੁਸੀਂ ਸ਼ੋਰਟ ਟਰਮ ਵਾਸਤੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹੋ ਨੈਕਸਟ 20-30 ਈਅਰ ਵਾਸਤੇ। ਪਰ ਜਦੋਂ ਤੁਸੀਂ ਰਿਟਾਇਰ ਹੋਵੋਗੇ 65 ਜਾਂ 70 ਦੀ ਏਜ ਵਿੱਚ, ਤੁਸੀਂ ਉਸ ਪੋਲਿਸੀ ਵਿੱਚੋਂ ਜਿਹੜੇ ਦਿੱਤੇ ਹੋਏ ਪੈਸੇ ਆ ਉਸ ਤੋਂ ਜ਼ਿਆਦਾ ਹੀ ਜਮ੍ਹਾਂ ਹੋਏ ਹੁੰਦੇ ਆ, ਉਹ ਤੁਸੀਂ ਕਢਵਾ ਸਕਦੇ ਹੋ ਅਤੇ ਤੁਹਾਡੇ ਇਕੱਲੇ ਇੰਟਰਸਟ ਵਿੱਚ ਇਹ ਤੁਹਾਡੀ ਜਿਹੜੀ ਇੰਸ਼ੋਰੈਂਸ ਰਹਿ ਜਾਂਦੀ ਹੈਗੀ ਆ। ਸੋ ਦੋ ਤਰ੍ਹਾਂ ਦੀ ਇੰਸ਼ੋਰੈਂਸ ਹੈਗੀ ਆ, ਇੱਕ ਟਰਮ ਇੰਸ਼ੋਰੈਂਸ ਜਿਹੜੀ ਕਿ ਥੋੜ੍ਹੇ ਪੈਸੇ ਨਾਲ ਤੁਹਾਡੀ ਫੈਮਿਲੀ ਨੂੰ ਪ੍ਰੋਟੈਕਟ ਕਰਦੀ ਆ ਕਿ ਇਨ ਕੇਸ ਤੁਹਾਨੂੰ ਕੁਛ ਹੋਵੇ ਤਾਂ ਉਹਨਾਂ ਦਾ ਘਰ ਬਚਿਆ ਰਹੇ, ਉਹਨਾਂ ਸਿਰ 'ਤੇ ਕਾਰ ਲੋਨ ਅਤੇ ਕ੍ਰੈਡਿਟ ਕਾਰਡ ਦੇ ਬੋਝ ਜਿਹੜੇ ਤੁਹਾਡੇ ਚਾੜੇ ਹੋ ਆ ਉਹ ਨਾ ਪੈਣ। ਅਤੇ ਦੂਜੀ ਹੈਗੀ ਆ ਕੈਸ਼ਬੈਕ ਪੋਲਿਸੀ, ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਹੈਗੇ $400-500 ਮੰਥ ਦਾ ਸੇਵ ਕਰਨ ਵਾਸਤੇ, ਤੁਸੀਂ ਉਹ ਲੈ ਸਕਦੇ ਹੋ। ਉਹਦੇ 'ਚ ਡਬਲ ਐਡਵਾਂਟੇਜ ਹੈਗਾ ਕਿ ਤੁਸੀਂ ਸ਼ੋਰਟ ਟਰਮ ਵਿੱਚ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਦੇ ਹੋ, ਲੌਂਗ ਟਰਮ ਵਿੱਚ ਤੁਹਾਡੇ ਕੋਲ ਆਪਣੀ ਸੇਵਿੰਗ ਹੈ, ਤੁਸੀਂ ਉਹਨੂੰ ਕਢਾ ਕੇ ਆਪਣੀ ਰਿਟਾਇਰਮੈਂਟ ਵਾਸਤੇ ਵਰਤ ਸਕਦੇ ਹੋ। ਅਤੇ ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 416-831-0215। मैं काफ़ी लंबे समय तो ओवर 30 ईयरस तो इस लाइफ इंश्योरेंस के बिजनेस हैगा, फ्रॉम ओवर 20 ईयरस डूइंग जनरल इंश्योरेंस, पर लाइफ इंश्योरेंस मैं सेंस 1992 तो कैनेडा में कर रहा हाँ। तो तुसी बेझिझक कोई भी थोड़ा क्वेश्चन हो, सलाह लेनी हो लाइफ इंश्योरेंस वास्ते, क्रिटिकल इलनेस वास्ते, मैं 416-831-0215 कॉल कर सकते हो। धन्यवाद।